ਔਰ ਜਦੋਂ ਟਿਕਟ ਦਾ ਮੌਕਾ ਆਇਆ ਤਾਂ ਲਾਸਟ ਵਿੱਚ ਸੀਨੀਅਰ ਲੀਡਰਸ਼ਿਪ ਰਾਸ਼ਟਰੀ ਅਧਿਆਪਕ ਉਹਨਾਂ ਨੇ ਜੋ ਫੈਸਲਾ ਕੀਤਾ ਮੈਂ ਨਾਰਾਜ਼ ਸੀਗਾ ਕਿ ਸਲਾਰੀਆ ਸਾਹਿਬ ਤੁਹਾਡੀ ਨਾਰਾਜ਼ਗੀ ਇਹ ਹੈ ਕਿ ਗੁਰਦਾਸਪੁਰ ਵਿੱਚ ਜਿਹੜਾ ਗਰੀਬ ਏਰੀਆ ਹੈ ਅਨਇੰਪਲੋਇਮੈਂਟ ਹੈ ਕਿਸਾਨਾਂ ਦੀ ਪ੍ਰੋਬਲਮ ਹੈ ਤੁਸੀਂ ਸੇਵਾ ਕਰਨਾ ਚਾਹੁੰਦੇ ਹੋ ਅਸੀਂ ਤੁਹਾਨੂੰ ਪੂਰਾ ਮੌਕਾ ਦੇਵਾਂਗੇ ਉਹ ਤੁਹਾਨੂੰ ਸੈਂਟਰ ਦੀ ਤੱਕ ਵੱਡੀ ਕਿਤੇ ਪੋਜੀਸ਼ਨ 'ਤੇ ਰੱਖਿਆ ਜਾਏਗਾ ਪਾਰਟੀ ਤੁਹਾਡੀ ਮਿਹਨਤ ਔਰ ਤੁਹਾਡੀ ਵਫਾਦਾਰੀ ਨਾਲ ਸਭ ਸਮਝਦੀ ਹੈ ਕਵਿਤਾ ਖੰਨਾ ਇੱਕ ਉਹ ਔਰਤ ਹੈ ਜਿਸਦਾ ਨਾ ਕੋਈ ਵਜੂਦ ਹੈ ਨਾ ਉਸਦੇ ਨਾਲ ਕੋਈ ਵਰਕਰ ਹੈ ਨਾ ਉਹਦੇ ਨਾਲ ਪਾਰਟੀ ਹੈ ਉਹ ਜਿਹੜੇ ਉਹਨਾਂ ਨੇ ਮੇਰੇ 'ਤੇ ਕੋਈ ਇਲਜ਼ਾਮ ਲਗਾਏ ਨੇ ਮੇਰੇ 'ਤੇ ਕੋਈ ਇਲਜ਼ਾਮ ਦੁਨੀਆਂ 'ਚ ਨਹੀਂ ਹੈਗਾ ਜੇ ਹੈਗਾ ਤਾਂ ਕੋਈ ਪ੍ਰੂਫ ਕਰਕੇ ਦੱਸੇ ਮੈਂ ਹੱਥ ਨਹੀਂ ਹੱਥ ਲੈ ਲਵਾਂਗਾ ਰਾਜਨੀਤੀ ਮੈਂ ਕਵਿਤਾ ਦਾ ਕਦੇ ਬੁਰਾ ਨਹੀਂ ਮੰਨਾਂਗਾ ਕਿਉਂਕਿ ਨਾ ਉਹਦੀ ਕੋਈ ਇਨਕਮ ਹੈ ਨਾ ਉਹਦਾ ਕੋਈ ਵਰਕਰ ਉਹਦੇ ਨਾਲ ਨਾ ਜ਼ਿੰਦਗੀ 'ਚ ਉਹਨੇ ਕਿਸੇ ਨਾਲ ਕੋਈ ਆਪਣੀ ਬਣਾ ਕੇ ਰੱਖੀ ਹੈ ਇਹ ਪ੍ਰੈਸ ਕਾਨਫਰੰਸ ਸਵਰਨ ਸਲਾਰੀਆ ਦੀ ਸੀਗੀ ਨਾ ਕਿ ਭਾਰਤੀ ਜਨਤਾ ਪਾਰਟੀ ਦੀ ਝੂਠਾ ਪਿਛਲੇ 70 ਸਾਲ ਤੋਂ ਪਾਕਿਸਤਾਨ ਇੰਡੀਆ ਨੂੰ ਡਰਾਈ ਦਿੰਦਾ ਸੀਗਾ ਇਹ ਸਿਰਫ ਇੱਕ ਹੀ ਆਦਮੀ ਕਰ ਸਕਦਾ ਜਿਹਦਾ ਨਾਮ ਹੈ ਨਰਿੰਦਰ ਮੋਦੀ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਵੱਲੋਂ ਦਿੱਲੀ 'ਚ ਪ੍ਰੈਸ ਕਾਨਫਰੰਸ ਕਰਕੇ ਗੁਰਦਾਸਪੁਰ ਤੋਂ ਟਿਕਟ ਕੱਟੇ ਜਾਣ ਤੋਂ ਬਾਅਦ ਨਾਰਾਜ਼ਗੀ ਜਤਾਈ ਹੈ ਜਿਵੇਂ ਹੀ ਕਵਿਤਾ ਖੰਨਾ ਵੱਲੋਂ ਨਾਰਾਜ਼ਗੀ ਜਤਾਈ ਗਈ ਤਾਂ ਭਾਜਪਾ ਦੇ ਆਗੂ ਸਵਰਨ ਸਲਾਰੀਆ ਵੀ ਮੀਡੀਆ ਦੇ ਸਾਹਮਣੇ ਆਏ ਨੇ ਜਿਨ੍ਹਾਂ ਨੇ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਸਨੀ ਦਿਓਲ ਨੂੰ ਹਮਾਇਤ ਦੇਣ ਦੀ ਗੱਲ ਆਖੀ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਮੋਦੀ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਨੇ ਸਭ ਤੋਂ ਪਹਿਲੇ ਇੱਥੇ ਆਏ ਹੋਏ ਸਾਰੇ ਮੇਰੇ ਪੱਤਰਕਾਰ ਇੱਥੇ ਆਏ ਹੋਏ ਸਾਰੇ ਮੇਰੇ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਰਤਾ ਮੇਰੇ ਸਾਥੀ ਸੀਨੀਅਰ ਲੀਡਰਸ਼ਿਪ ਮੈਨੂੰ ਬੜੀ ਖੁਸ਼ੀ ਹੋਈ ਹੈ ਅੱਜ ਕਿ ਮੈਂ ਜਦੋਂ ਟਿਕਟ ਦਾ ਅਨਾਊਂਸਮੈਂਟ ਹੋਈ ਮੈਂ ਡਿਸਟਰਬ ਚੱਲ ਰਿਹਾ ਸੀਗਾ ਕਿਉਂਕਿ ਪਿਛਲੇ 15 ਸਾਲ ਹੋ ਗਏ ਮੈਨੂੰ ਇਸ ਹਲਕੇ ਦੀ ਸੇਵਾ ਕਰਦੇ ਹੋਈ ਮੈਂ ਸਾਰਾ ਆਪਣਾ ਐਸ਼ੋ ਆਰਾਮ ਛੱਡ ਕੇ ਪੰਜਾਬ ਵਿੱਚ ਬੈਠ ਕੇ ਇੱਥੇ ਹਰ ਪਿੰਡ ਪਿੰਡ ਫਿਰ ਕੇ ਜਿੰਨਾ ਕੰਮ ਹੋ ਸਕਦਾ ਸੀਗਾ ਮੈਂ ਕੀਤਾ ਪਰ ਜਦੋਂ ਟਿਕਟ ਦਾ ਮੌਕਾ ਆਇਆ ਤਾਂ ਲਾਸਟ ਵਿੱਚ ਸੀਨੀਅਰ ਲੀਡਰਸ਼ਿਪ ਰਾਸ਼ਟਰੀ ਅਧਿਆਪਕ ਉਹਨਾਂ ਨੇ ਜੋ ਫੈਸਲਾ ਕੀਤਾ ਮੈਂ ਨਾਰਾਜ਼ ਸੀਗਾ ਲੇਕਿਨ ਮੇਰੀ ਲੀਡਰਸ਼ਿਪ ਨੇ ਮੈਨੂੰ ਕੋਈ ਇੱਦਾਂ ਦਾ ਮੌਕਾ ਨਹੀਂ ਦਿੱਤਾ ਕਿ ਮੈਂ ਡਿਸਟਰਬ ਹਾਂ ਪਹਿਲੇ ਮੈਨੂੰ ਫੋਨ ਆਇਆ ਸਾਡੇ ਅਧਿਆਪਕ ਰਹਿ ਚੁੱਕੇ ਸ਼੍ਰੀ ਕਮਲ ਜੀ ਦਾ ਉਹਦੇ ਬਾਅਦ ਸਾਡੇ ਪ੍ਰਭਾਰੀ ਮਾਨੀਏ ਪ੍ਰਭਾਤ ਝਾ ਜੀ ਦਾ ਉਹਦੇ ਬਾਅਦ ਕੈਪਟਨ ਅਮਾਨਿਊ ਜੀ ਮੇਰੇ ਕੋਲ ਆਏ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਪਰਮ ਆਦਰਨੀਏ ਪਰਮ ਪੂਜਨੀਏ ਹਮਾਰੇ ਬਹੁਤ ਸੀਨੀਅਰ ਹਮਾਰੇ ਭਾਈ ਮਾਨੀਏ ਰਾਮ ਲਾਲ ਜੀ
ਉਹਨਾਂ ਦੇ ਨਾਲ ਪੂਰੀ ਡਿਟੇਲ 'ਚ ਡਿਸਕਸ ਹੋਇਆ। ਸਾਡੇ ਬਹੁਤ ਹੀ ਸੀਨੀਅਰ ਲੀਡਰ ਹਿੰਦੁਸਤਾਨ ਦੇ ਫਾਈਨੈਂਸ ਮਿਨਿਸਟਰ ਮਾਨੇ ਅਰੁਣ ਜੇਟਲੀ ਜੀ, ਉਹਨਾਂ ਨੇ ਬਿਠਾ ਕੇ ਸਭ ਮੇਰੀ ਗੱਲ ਸੁਣੀ ਔਰ ਮੈਨੂੰ ਅਸ਼ੋਰੈਂਸ ਦਿੱਤਾ ਕਿ ਸਲਾਰੀਆ ਸਾਹਿਬ ਤੁਹਾਡੀ ਨਾਰਾਜ਼ਗੀ ਇਹ ਹੈ ਕਿ ਗੁਰਦਾਸਪੁਰ ਵਿੱਚ ਜਿਹੜਾ ਗਰੀਬ ਏਰੀਆ ਹੈ, ਅਨਇੰਪਲੋਇਮੈਂਟ ਹੈ, ਕਿਸਾਨਾਂ ਦੀ ਪ੍ਰੋਬਲਮ ਹੈ, ਤੁਸੀਂ ਸੇਵਾ ਕਰਨਾ ਚਾਹੁੰਦੇ ਹੋ, ਅਸੀਂ ਤੁਹਾਨੂੰ ਪੂਰਾ ਮੌਕਾ ਦੇਵਾਂਗੇ। ਟਿਕਟ ਨਹੀਂ ਦੇਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਕੈਪੇਬਲ ਨਹੀਂ, ਉਹ ਤੁਹਾਨੂੰ ਸੈਂਟਰ ਦੀ ਤੱਕ ਵੱਡੀ ਕਿਤੇ ਪੋਜੀਸ਼ਨ 'ਤੇ ਰੱਖਿਆ ਜਾਏਗਾ। ਪਾਰਟੀ ਤੁਹਾਡੀ ਮਿਹਨਤ ਔਰ ਤੁਹਾਡੀ ਵਫਾਦਾਰੀ ਨਾਲ ਸਭ ਸਮਝਦੀ ਹੈ ਔਰ ਜਿਹੜਾ ਟਾਈਮ ਤੁਸੀਂ ਆਪਣੇ ਹਲਕੇ ਨੂੰ ਦਿੱਤਾ ਇਹਨੂੰ ਹੋਰ ਮਜ਼ਬੂਤ ਕਰੋ, ਅਸੀਂ ਸਾਰੇ ਤੁਹਾਡੇ ਨਾਲ ਹਾਂ। ਇਹ ਸਾਰੀ ਗੱਲ ਸੁਣ ਕੇ ਮੈਂ ਮੇਰੀ ਲੀਡਰਸ਼ਿਪ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਔਰ ਉਹਨਾਂ ਨੂੰ ਯਕੀਨ ਦਿਲਾਉਂਦਾ ਕਿ ਜਿੱਦਾਂ ਤੁਸੀਂ ਮੇਰੇ ਹਲਕੇ ਮੇਰੇ ਭਰਾ ਪਰਿਵਾਰਾਂ ਦਾ ਖਿਆਲ ਰੱਖਿਆ, ਮੇਰਾ ਖਿਆਲ ਰੱਖਿਆ, ਤੁਹਾਡਾ ਸਿਰ ਹਮੇਸ਼ਾ ਅਸੀਂ ਉੱਪਰ ਰੱਖਾਂਗੇ। ਉਹ ਤੁਹਾਡੇ ਨਾਲ ਸਾਡੀ ਕੋਈ ਨਾਰਾਜ਼ਗੀ ਨਹੀਂ, ਜਿਹੜੀ ਨਾਰਾਜ਼ਗੀ ਸੀ ਤੁਸੀਂ ਉਹ ਸਾਡੀ ਦੋ ਲਫ਼ਜ਼ਾਂ ਸਮਝਾ ਦਿੱਤੀ। ਮੈਂ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ। ਜਿਨ੍ਹਾਂ ਅੱਜ ਲਾਈਵ ਪ੍ਰੈਸ ਕਾਨਫਰੰਸ ਦੇ ਵਿੱਚ ਕਵਿਤਾ ਖੰਨਾ ਨੇ ਕਿਹਾ ਕਿ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਇੱਕ ਐਸੇ ਬੰਦੇ ਨਾਲ ਖੜੇ ਨਹੀਂ ਹੋ ਸਕਦੀ ਜਿਸ ਦੇ ਉੱਤੇ ਕਾਫ਼ੀ ਗੰਭੀਰ ਇਲਜ਼ਾਮ ਨੇ, ਤੁਹਾਡਾ ਕੀ ਕਹਿਣਾ ਇਸ ਬਾਰੇ? ਲਾਈਵ ਦਿੱਲੀ ਪ੍ਰੈਸ ਕਾਨਫਰੰਸ ਦੇ ਵਿੱਚ ਕਵਿਤਾ ਖੰਨਾ ਨੇ ਇਹ ਗੱਲ ਕਹੀ। ਦੇਖੋ, ਕਵਿਤਾ ਖੰਨਾ ਇੱਕ ਉਹ ਔਰਤ ਹੈ ਜਿਸਦਾ ਨਾ ਕੋਈ ਵਜੂਦ ਹੈ, ਨਾ ਉਸਦੇ ਨਾਲ ਕੋਈ ਵਰਕਰ ਹੈ, ਨਾ ਉਹਦੇ ਨਾਲ ਪਾਰਟੀ ਹੈ। ਉਹ ਜਿਹੜੇ ਉਹਨਾਂ ਨੇ ਮੇਰੇ 'ਤੇ ਕੋਈ ਇਲਜ਼ਾਮ ਲਗਾਏ ਨੇ, ਮੇਰੇ 'ਤੇ ਕੋਈ ਇਲਜ਼ਾਮ ਇਸ ਦੁਨੀਆਂ 'ਚ ਨਹੀਂ ਹੈਗਾ। ਜੇ ਹੈਗਾ ਤਾਂ ਕੋਈ ਪ੍ਰੂਫ ਕਰਕੇ ਦੱਸੇ, ਮੈਂ ਆਹ ਸੰਨਿਆਸ ਲੈ ਲਵਾਂਗਾ ਰਾਜਨੀਤੀ ਤੋਂ। ਦੂਸਰੀ ਗੱਲ, ਮੈਂ ਕਵਿਤਾ ਦਾ ਕਦੇ ਬੁਰਾ ਨਹੀਂ ਮੰਨਾਂਗਾ ਕਿਉਂਕਿ ਨਾ ਉਹਦੀ ਕੋਈ ਇਨਕਮ ਹੈ, ਨਾ ਉਹਦਾ ਕੋਈ ਵਰਕਰ ਹੈ ਉਹਦੇ ਨਾਲ, ਨਾ ਜ਼ਿੰਦਗੀ 'ਚ ਉਹਨੇ ਕਿਸੇ ਨਾਲ ਕੋਈ ਆਪਣੀ ਬਣਾ ਕੇ ਰੱਖੀ ਹੈ। ਮੇਰਾ ਨਹੀਂ ਖਿਆਲ ਕਿ ਪਾਰਟੀ ਨੂੰ ਕੋਈ ਜ਼ਰੂਰਤ ਹੈ ਕਵਿਤਾ ਖੰਨਾ ਨਾਲ ਗੱਲ ਕਰਨ ਦੀ, ਨਾ ਤਾਂ ਕੋਈ ਉਹ ਵੋਟ ਵਿਗਾੜ ਸਕਦੀ ਹੈ, ਨਾ ਕਿਸੇ ਨੂੰ ਨੌਕਰੀ ਦੇ ਸਕਦੀ ਹੈ, ਉਹ ਨਾ ਕਿਸੇ ਵਾਸਤੇ ਉਹ ਚੰਗਾ ਬੋਲ ਸਕਦੀ ਹੈ। ਮਿਸਟਰ ਰਾਜੇ, ਇਹ ਮੈਂ ਗੱਲ ਕਹਿਣੀ ਨਹੀਂ ਸੀਗੀ ਲੇਕਿਨ ਤੁਸੀਂ ਮੈਨੂੰ ਮਜ਼ਬੂਰ ਕਰਕੇ ਗੱਲ ਕਹਿਣ 'ਤੇ ਮਜ਼ਬੂਰ ਕੀਤਾ ਹੈ ਕਿ ਉਹਨੇ ਮੇਰੇ ਖਿਲਾਫ਼ ਜਿਹੜੀ ਗੱਲ ਕਰਨੀ ਚਾਹੀਦੀ ਸੀ ਉਹ ਨਹੀਂ ਕਰਨੀ ਚਾਹੀਦੀ, ਉਹ ਵੀ ਕੀਤੀ। ਔਰ ਕੋਈ ਸਵਾਲ ਤੁਹਾਡਾ? ਜਨਾਬ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਜਿਹੜੇ ਹੈਗੇ ਨੇ ਉਹ ਅੱਜ ਤੁਹਾਡੀ ਇਸ ਰੈਲੀ ਦੇ ਵਿੱਚ, ਜੋ ਕਿ ਤੁਹਾਡਾ ਸ਼ਕਤੀ ਪ੍ਰਦਰਸ਼ਨ ਕਿਹਾ ਜਾ ਸਕਦਾ ਹੈਗਾ ਕਿ ਤੁਸੀਂ ਆਪਣੀ ਤਾਕਤ ਦਿਖਾਈ ਹੈ ਕਿ ਮੇਰੇ ਪਿੱਛੇ ਕਿੰਨੇ ਲੋਕ ਹੈਗੇ ਨੇ, ਉਹ ਨਜ਼ਰ ਕਿਉਂ ਨਹੀਂ ਆਏ ਹੈਗੇ? ਹੁਣੇ ਥੋੜ੍ਹੇ ਦੇਰ ਪਹਿਲੇ ਵਿਨੇ ਸਿੰਘ ਬੱਬੂ ਜਿਹੜੇ ਹੈਗੇ ਨੇ ਉਹ ਵੀ ਨਜ਼ਰ ਨਹੀਂ ਆਏ ਹੈਗੇ, ਅਸ਼ਵਨੀ ਨਜ਼ਰ ਨਹੀਂ ਆਏ, ਮਾਸਟਰ ਮੋਹਨ ਲਾਲ ਨਜ਼ਰ ਨਹੀਂ ਆਏ, ਅਕਾਲੀ ਦਲ ਦੇ ਸੀਨੀਅਰ ਨੇਤਾ ਨਜ਼ਰ ਨਹੀਂ ਆਏ, ਡਰ ਸੀਗਾ ਕਿ ਉਹਨਾਂ ਵਿੱਚ? ਮੈਂ ਅਜੇ ਜਿਹੜੀ ਤੁਸੀਂ ਸੀਨੀਅਰ ਲੀਡਰਸ਼ਿਪ ਦੀ ਗੱਲ ਸਮਝ ਕਰਦੇ ਹੋ, ਇਹ ਪ੍ਰੈਸ ਕਾਨਫਰੰਸ ਸਵਰਨ ਸਲਾਰੀਆ ਦੀ ਸੀਗੀ ਨਾ ਕਿ ਭਾਰਤੀ ਜਨਤਾ ਪਾਰਟੀ ਦੀ, ਔਰ ਮੇਰੇ ਕਾਰਜਕਰਤਾ ਮੇਰਾ ਪਰਿਵਾਰ ਜਿਹੜਾ ਦਿਨ ਰਾਤ ਮੇਰੇ ਸੁੱਖ ਦੁੱਖ ਨਾਲ ਮੇਰੇ ਨਾਲ ਖੜਾ ਹੈ, ਇਹ ਉਹਨਾਂ ਦੇ ਵਿੱਚ ਸੀਗੀ ਕਿ ਮੈਂ ਇਹ ਫੈਸਲਾ ਲਿਆ। ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ, ਇਹ ਗਲਤ ਹੈ ਜਾਂ ਠੀਕ ਹੈ? ਮੇਰੇ ਸਾਰੇ ਵਰਕਰਾਂ ਨੇ ਇਹ ਅਪਰੂਵ ਕੀਤਾ ਕਿ ਅਸੀਂ ਵਿੱਚ ਰਹਿ ਕੇ ਲੜਾਈ ਲੜਾਂਗੇ, ਪਾਰਟੀ ਦੀ ਸੇਵਾ ਕਰਾਂਗੇ। ਮਾਨਯ ਨਰਿੰਦਰ ਮੋਦੀ ਜੀ ਨੂੰ 2019 ਵਿੱਚ ਆਪਣਾ ਪ੍ਰਾਈਮ ਮਿਨਿਸਟਰ ਫਿਰ ਬਣਾਉਂਗੇ। ਇਸ ਵਾਸਤੇ ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ ਹੈ ਕਿ ਕੋਈ ਇੱਥੇ ਆਇਆ ਤਾਂ ਨਹੀਂ ਆਇਆ, ਲੇਕਿਨ ਅੱਜ ਤੁਹਾਨੂੰ ਇੱਕ ਗੱਲ ਕਹਿ ਸਕਦਾ, ਫਕਰ ਨਾਲ
ਕਿ ਜਿੰਨਾ ਕਰਾਊਡ ਤੁਸੀਂ ਅੱਜ ਦੇਖਿਆ, ਕੋਈ ਲੀਡਰ ਮੇਰਾ ਪੰਜਾਬ 'ਚ ਇਕੱਠਾ ਕਰਕੇ ਦੱਸੇ ਮੈਂ ਜ਼ਿੰਦਗੀ ਭਰ ਸਲਾਮ ਕਰਾਂਗਾ। ਸਨੀ ਦਿਓਲ ਬਾਰੇ ਕੀ ਕਹੋਗੇ? ਸਨੀ ਦਿਓਲ ਬਾਰੇ ਪਹਿਲਾਂ ਦੇਖੋ, ਸਨੀ ਦਿਓਲ ਦੀ ਜਿਹੜੀ ਟਿਕਟ ਦੀ ਅਨਾਊਂਸਮੈਂਟ ਹੈ, ਇਹ ਪਾਰਟੀ ਲੀਡਰਸ਼ਿਪ ਦੀ ਚੋਇਸ ਹੈਗੀ ਹੈ। ਅਗਰ ਉਹਨਾਂ ਨੇ ਸਮਝਿਆ ਉਹ ਠੀਕ ਹੈ ਤਾਂ ਠੀਕ ਹੈ, ਉਹ ਇੱਕ ਅੱਛੇ ਕਲਾਕਾਰ ਨੇ। ਜਿੱਥੋਂ ਤੱਕ ਰਾਜਨੀਤੀ ਦਾ ਸਵਾਲ ਹੈ, ਮੈਂ ਉਹਨਾਂ ਦੇ ਬਾਰੇ 'ਚ ਕੋਈ ਰਾਜਨੀਤੀ ਦੀ ਗੱਲ ਜਾਣਦਾ ਨਹੀਂ, ਪਰ ਜੇ ਪਾਰਟੀ ਨੇ ਉਹਨਾਂ ਨੂੰ ਟਿਕਟ ਦਿੱਤੀ ਹੈ ਤਾਂ ਮੈਂ ਯਕੀਨ ਨਾਲ ਕਹਿ ਸਕਦਾ ਕਿ ਉਹ ਗੁਰਦਾਸਪੁਰ ਤੋਂ ਜਿੱਤ ਕੇ ਜਾਣਗੇ ਔਰ ਮੋਦੀ ਸਾਹਿਬ ਦੀ ਆਉਣ ਵਾਲੀ ਕੈਬਨਿਟ ਦੇ ਇੱਕ ਮੈਂਬਰ ਆਫ ਪਾਰਲੀਮੈਂਟ ਹੋਣਗੇ। ਮੈਂ ਇਹ ਪੁੱਛਣਾ ਚਾਹੁੰਦਾ ਕਾਂਗਰਸ ਨੂੰ ਕਿ ਤੁਸੀਂ ਮੋਦੀ ਸਾਹਿਬ ਤੋਂ ਸਵਾਲ ਕਿੱਦਾਂ ਪੁੱਛ ਸਕਦੇ ਹੋ? ਤੁਸੀਂ ਸਾਰੇ ਵਾਅਦੇ ਕੀਤੇ ਸੀਗੇ ਪੰਜਾਬ 'ਚ ਸਰਕਾਰ ਬਣਾਉਣ ਦੇ ਟਾਈਮ 'ਤੇ, ਮੈਂਬਰ ਆਫ ਪਾਰਲੀਮੈਂਟ ਦੀ ਇਲੈਕਸ਼ਨ ਦੇ ਟਾਈਮ 'ਤੇ ਤੁਸੀਂ ਕੋਈ ਵਾਅਦਾ ਪੂਰਾ ਕੀਤਾ? ਤੁਸੀਂ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀਗਾ? ਤੁਸੀਂ ਸਭ ਤੋਂ ਵੱਡੀ ਗੱਲ ਜੇ ਸੀ ਇਹਦੇ ਇਸ ਹਲਕੇ ਦੀ ਸੀਗੀ ਕਿ ਇਲੀਗਲ ਮਾਈਨਿੰਗ, ਉਹ MP ਸਾਹਿਬ, MLA ਸਾਹਿਬ, ਕੈਪਟਨ ਅਮਰਿੰਦਰ ਸਾਹਿਬ, ਉਹ ਦੇਖੋ ਜਾ ਕੇ 90-90 ਫੁੱਟ ਦੇ ਤੁਸੀਂ ਖੁਦਾਈ ਕਰਕੇ ਪੂਰਾ ਮੇਰਾ ਪਠਾਨਕੋਟ ਗੁਰਦਾਸਪੁਰ ਹਲਕਾ ਖੋ ਦਿੱਤਾ ਇਲੀਗਲ ਮਾਈਨਿੰਗ ਕਰਕੇ। ਤੁਸੀਂ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਕਸਮਾਂ ਖਾਈਆਂ ਸੀਗੀਆਂ ਕਿ ਸਾਨੂੰ ਪਾਵਰ 'ਚ ਲਿਆਓ, ਅਸੀਂ ਇੱਥੇ ਸਫੇਦਾ ਇਹ ਡਰੱਗ ਸਾਰਾ ਬੰਦ ਕਰ ਦੇਵਾਂਗੇ। ਕੁਛ ਹੋਇਆ? ਕਿਸਾਨਾਂ ਦੇ ਲੋਨ ਦੇ ਬਾਰੇ 'ਚ ਗੱਲ ਸੀਗੀ, 90,000 ਕਰੋੜ ਦਾ ਲੋਨ ਸੀਗਾ ਜਿਹੜਾ 400 ਕਰੋੜ ਦੇ ਕੇ ਚੁੱਪ ਕਰਕੇ ਬੈਠ ਗਏ। ਮੋਦੀ ਸਾਹਿਬ ਨੇ ਕੀ ਨਹੀਂ ਕੀਤਾ? ਮੋਦੀ ਸਾਹਿਬ ਨੇ 1 rank 1 pension ਕੀਤੀ, ਘਰ ਘਰ ਉਜਵਲ ਯੋਜਨਾ ਪਹੁੰਚਾਈ। ਉਹਨਾਂ ਨੇ ਜਿਹੜੇ ਸਾਡੇ ਗਰੀਬ ਪਰਿਵਾਰ ਸੀਗੇ ਉਹਨਾਂ ਨੂੰ ਕੋਈ ਹੈਲਥ ਕੇਅਰ ਨਹੀਂ ਸੀਗਾ, ਉਹ ਦਿੱਤਾ ਉਹਨਾਂ ਨੇ। ਸਭ ਤੋਂ ਵੱਡੀ ਗੱਲ ਹੈ, ਜਿਹੜੇ ਫੌਜੀਆਂ ਦਾ ਕੋਈ ਅਰੇਅਰ ਬਾਕੀ ਸੀਗੇ ਉਹ ਦੇ ਰਹੇ। ਮੈਨੂੰ ਇਹ ਦੱਸੋ, ਮੋਦੀ ਸਾਹਿਬ ਨੇ ਬੰਗਲਾਦੇਸ਼ ਦਾ ਜਿਹੜਾ ਬਾਰਡਰ ਸੀਗਾ ਉਹ ਸਾਰਾ ਡਿਸਪਿਊਟ ਆ, ਪਿਛਲੇ 70 ਸਾਲ ਤੋਂ ਪਾਕਿਸਤਾਨ ਇੰਡੀਆ ਨੂੰ ਡਰਾਈ ਦਿੰਦਾ ਸੀਗਾ। ਇਹ ਸਿਰਫ ਇੱਕ ਹੀ ਆਦਮੀ ਕਰ ਸਕਦਾ ਜਿਹਦਾ ਨਾਮ ਹੈ ਨਰਿੰਦਰ ਮੋਦੀ, ਕਿਉਂਕਿ ਉਹ ਸਿਰਫ ਅਗਰ ਜਿੰਦੇ ਨੇ ਇਸ ਮੁਲਕ ਵਾਸਤੇ, ਅਗਰ ਸਾਹ ਲੈਂਦੇ ਨੇ ਇਸ ਮੁਲਕ ਵਾਸਤੇ ਔਰ ਮੁਲਕ ਦੀ ਬਿਹਤਰੀ ਵਾਸਤੇ। ਦੇਖੋ ਇਹ ਤਾਂ ਅੱਜ ਤਾਂ ਸ਼ੁਰੂਆਤ ਹੈ, ਇਹ ਹੁਣ ਇੱਦਾਂ ਦੀਆਂ ਗੱਲਾਂ ਕਰ ਰਹੀਆਂ ਠੀਕ ਨਹੀਂ, ਇਹ ਤਾਂ ਟਾਈਮ ਦੱਸੇਗਾ। ਬਟ ਇੰਨਾ ਜ਼ਰੂਰ ਹੈਗਾ ਕਿ ਆਉਣ ਵਾਲਾ ਟਾਈਮ ਭਾਰਤੀ ਜਨਤਾ ਪਾਰਟੀ ਦਾ ਹੈ, ਮਾਨਯ ਨਰਿੰਦਰ ਮੋਦੀ ਜੀ ਦਾ ਹੈ, ਔਰ ਨਰਿੰਦਰ ਮੋਦੀ ਜੀ ਨੂੰ ਪ੍ਰਾਈਮ ਮਿਨਿਸਟਰ ਬਣਾਉਣ ਵਾਸਤੇ ਅਸੀਂ ਕੋਈ ਵੀ ਸੈਕਰੀਫਾਈਸ ਕਰ